पंजाब विच श्रोमणी अकाली दल दी सरकार दे राज विच पंजाब विच काफ़ी विकास कार्य करवाए गए ने जो अजे भी जारी ने। इन्हां विकास कार्यां विच विकास कार्यां दी एक लड़ी नूं होर जोड़दे हुए पंजाब सरकार वल्लों गुरदासपुर हलका कादिया दे बेट इलाके विच किसानां नूं खेतीबाड़ी तो राहत देंदे हुए किसानां दीआं जमीनां तो होके जांदे ड्रेना दे उपर 32 पक्कियां पुलियां दा निर्माण करवाउण दा काम शुरू करवाया जिस नूं पंजाब सरकार दे राज्य मंत्री सेवा सिंह सेखवा ने नींह पत्थर रख के काम शुरू करवाया। ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਕਿਉਂਕਿ ਡਰੇਨ ਦੀਆਂ ਪੁਲੀਆਂ ਪਹਿਲਾਂ ਅਸੀਂ ਕੱਚੇ ਰਸਤੇ ਬਣਾ ਕੇ ਜਾਂ ਆਪਣੀਆਂ ਲੱਕੜਾਂ ਸੁੱਟ ਕੇ ਅਤੇ ਇਹਨਾਂ ਦੇ ਉੱਤੇ ਆਪਾਂ ਪੁਲੀਆਂ ਬਣਾਉਂਦੇ ਸੀ। ਹੁਣ ਖਾਸ ਕਰਕੇ ਸਾਡਾ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਗੰਨਾ ਬਹੁਤ ਜ਼ਿਆਦਾ, ਗੰਨਾ ਜਿਹੜਾ ਵਾ ਲਗਾਉਣ ਵਾਸਤੇ ਸਾਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ। ਜਿੱਥੇ ਸਾਡੇ ਕੋਲ ਬਈਏ ਜਿਹੜੇ ਉਹ 40 ਰੁਪਏ ਕੁਇੰਟਲ ਦੇ ਮੰਗਦੇ ਸੀ, ਉਹ 100-100 ਕੁਇੰਟਲ ਦਾ ਰੁਪਈਏ ਸਾਡੇ ਕੋਲ ਮੰਗਦੇ ਸੀ। ਹੁਣ ਅੱਜ ਜਿਹੜਾ ਵਾ ਇਹ ਉਦਘਾਟਨ ਸਰਦਾਰ ਸੇਵਾ ਸਿੰਘ ਸੇਖਵਾਂ ਜੀ ਨੇ ਇਹਨਾਂ ਪੁਲੀਆਂ ਦਾ 32 ਪੁਲੀਆਂ ਸਾਡੇ ਵਿਧਾਨ ਸਭਾ ਹਲਕਾ ਕਾਦੀਆਂ ਨੂੰ ਮਿਲੀਆਂ ਜਿਹੜਾ ਅੱਜ ਉਹਨਾਂ ਨੇ ਉਦਘਾਟਨ ਕੀਤਾ। ਇਹਦੇ ਨਾਲ ਸਾਡੇ ਕਿਸਾਨਾਂ ਦੇ ਚਿਹਰੇ ਜਿਹੜੇ ਆ, ਜਿੱਥੇ ਪਹਿਲਾਂ ਮਰਝਾਏ ਸੀ ਫਸਲਾਂ ਦੇ ਟਾਈਮ 'ਤੇ ਕੱਢਣ ਦੇ ਟਾਈਮ ਦਿੱਕਤ ਆਉਂਦੀ ਸੀ, ਉੱਥੇ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਉਹਨਾਂ ਦੇ ਚਿਹਰੇ ਦੇ ਉੱਤੇ ਕਿਉਂਕਿ 32 ਪੁਲੀਆਂ ਥੋੜ੍ਹੀਆਂ ਨਹੀਂ ਹੁੰਦੀਆਂ। ਇਹਨਾਂ ਦੇ ਸਾਨੂੰ ਝੋਨੇ ਦੇ ਟਾਈਮ, ਕਣਕ ਦੇ ਟਾਈਮ ਅਤੇ ਖਾਸ ਕਰਕੇ 15 ਦਿਨ ਰਹਿ ਗਏ ਆ ਗੰਨੇ ਦੀ ਸਾਡੀ ਕਟਾਈ ਜਿਹੜੀ ਉਹ ਚਾਲੂ ਆ, ਗੰਨੇ ਦਾ ਜਿਹੜਾ ਵਾ ਸਾਨੂੰ ਬਹੁਤ ਵੱਡਾ ਜਿਹੜਾ ਉਹ ਲਾਭ ਮਿਲਣਾ ਆ ਕਿਉਂਕਿ ਜਿੱਥੇ ਸਰਕਾਰ ਨੇ ਪਹਿਲਾਂ ਹੀ ਵਿਕਾਸ ਬਹੁਤ ਜ਼ਿਆਦਾ ਕੀਤੇ ਆ, ਉਹ ਅੱਜ ਨਵਾਂ ਵਾਧਾ ਜਿਹੜਾ ਵਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਪੁਲੀਆਂ ਬਣਾ ਕੇ ਜਿਹੜਾ ਵਾ ਉਹ ਸਾਨੂੰ ਬਹੁਤ ਵੱਡਾ ਕਿਸਾਨਾਂ ਨੂੰ ਇਹਦਾ ਜਿਹੜਾ ਲਾਭ ਹੋਏਗਾ। ਮੈਂ ਇੱਕ ਕਿਸਾਨ ਹੈਗਾ, ਸਾਡੇ ਇਲਾਕੇ ਦੇ ਵਿੱਚ 32 ਪੁਲੀਆਂ ਜਿਹੜੀਆਂ ਹੈਗੀਆਂ ਉਹ ਬਣੀਆਂ ਹੈਗੀਆਂ। ਇਹ ਜਿਹੜੀਆਂ ਪੁਲੀਆਂ ਬਣੀਆਂ ਹੈਗੀਆਂ ਇਹ ਡਰੇਨਾਂ ਦੇ ਉੱਤੇ ਜਿਹੜੀਆਂ ਹੈਗੀਆਂ ਪੁਲੀਆਂ ਬਣੀਆਂ ਹੈਗੀਆਂ। ਇਹ ਜ਼ਿਮੀਂਦਾਰਾਂ ਨੂੰ ਬਹੁਤ ਤਗੜਾ ਲਾਭ ਮਿਲੇਗਾ। ਸਾਨੂੰ ਇਹਨਾਂ ਮੁਸ਼ਕਲਾਂ ਆਉਂਦੀਆਂ ਜਦੋਂ ਅਸੀਂ ਖੇਤਾਂ ਦੇ ਵਿੱਚੋਂ ਦਾਣੇ ਕੱਢਦੇ ਸੀਗੇ ਅਤੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ। ਸਾਨੂੰ ਘੱਟੋ ਘੱਟ ਵੀ ਤਾਂ 15-15 10-10 ਕਿਲੋਮੀਟਰ ਦੇ ਦੂਰੀ 'ਤੇ ਸਾਨੂੰ ਆਉਣਾ ਪੈਂਦਾ ਸੀ। ਹੁਣ ਸਾਡੀਆਂ ਪੁਲੀਆਂ ਜਿਹੜੀਆਂ ਹੈਗੀਆਂ ਸਿੱਧੀਆਂ ਸਾਡੀਆਂ ਆਪਣੇ ਪੈਲੀਆਂ ਨੂੰ ਬਣ ਗਿਆ ਹੈਗੀਆਂ। ਅਸੀਂ ਜ਼ਿਮੀਂਦਾਰ ਬਹੁਤ ਜ਼ਿਆਦਾ ਖੁਸ਼ ਹੈਗੇ ਹਾਂ। ਇਹ ਸਾਰੇ ਟੋਟਲ ਜਿਹੜਾ ਬੇਟ ਦਾ ਇਲਾਕਾ ਆ, ਕਰੀਬ 32 ਪੁਲੀਆਂ ਇਸ ਇਲਾਕੇ 'ਚ ਮੇਰੇ 'ਚ ਬਣੀਆਂ ਨੇ, ਜਿਨ੍ਹਾਂ ਵਿੱਚੋਂ ਅੱਜ ਆਪਣੇ 4-5 ਦੇ ਮੈਂ ਨੀਂਹ ਪੱਥਰ ਰੱਖੇ ਆ, ਜਿਨ੍ਹਾਂ 'ਤੇ ਕੰਮ ਸ਼ੁਰੂ ਹੋ ਗਿਆ ਆ। ਇਹਨਾਂ ਦੀ ਲਾਗਤ ਵੀ ਵੱਖ ਵੱਖ ਹੈ, ਕਿਸੇ ਦੀ 11 ਲੱਖ ਆ, ਕਿਸੇ ਦੀ 15 ਲੱਖ ਆ, ਕਿਸੇ ਦੀ 20 ਲੱਖ ਤੋਂ ਵੀ ਵੱਧ ਆ। ਜਿਸ ਤਰ੍ਹਾਂ ਦਾ ਏਰੀਆ ਆ, ਜਿੱਡੀ ਵੱਡੀ ਆਪਣੇ ਡਰੇਨ ਆ, ਉਹਦੇ ਮੁਤਾਬਕ ਹੀ ਪੁਲੀਆਂ ਦੇ ਸਾਈਜ਼ ਨੇ। ਲੇਕਿਨ ਇਹ ਸਾਰੀਆਂ ਪੁਲੀਆਂ ਦਾ ਟੋਟਲ ਮਿਲਾ ਕੇ 7 ਕਰੋੜ ਰੁਪਈਆ ਜਿਹੜਾ ਇਹਦੀ ਲਾਗਤ ਆਉਣੀ ਆ, ਜਿਹਦੇ ਨਾਲ ਸਾਡੇ ਬੇੜ ਦੇ ਇਲਾਕੇ 'ਚ ਕੋਈ ਵੀ ਅਜਿਹਾ ਇਲਾਕਾ ਨਹੀਂ ਰਹਿ ਜਾਣਾ ਜਿੱਥੇ ਪੁਲੀ ਦੀ ਜ਼ਰੂਰਤ ਸੀ। ਦੋਵੇਂ ਪਾਸੇ ਰੈਵਨਿਊ ਰਿਕਾਰਡ ਵਿੱਚ ਰਸਤਾ ਸੀ ਅਤੇ ਕੋਈ ਪੁਲੀ ਰਹਿ ਗਈ ਹੋਵੇ। ਇਸ ਕਰਕੇ ਇਹਦੇ ਨਾਲ ਸਾਡੇ ਇਲਾਕੇ ਨੂੰ ਬੜਾ ਲਾਭ ਹੋਊਗਾ ਕਿਉਂਕਿ ਪਹਿਲਾਂ ਲੋਕਾਂ ਦੀ ਪੈਲੀ ਜਿਹੜੀ ਆ ਉਹ ਇਹਨਾਂ ਆਪਣੇ ਡਰੇਨਾਂ ਦੇ ਆਰ ਪਾਰ ਦੋਵੇਂ ਪਾਸੇ ਆ। ਲੋਕਾਂ ਨੇ ਆਪਣੀ ਫਸਲ ਕੱਢਣੀ ਆ, ਖਾਸ ਕਰਕੇ ਗੰਨਾ ਕੱਢਣਾ, ਅਤੇ ਬੜੀ ਦਿੱਕਤ ਆ ਰਹੀ ਸੀ ਅਤੇ ਲੋਕ ਫਿਰ ਕਈ ਵਾਰੀ ਪੂਰ ਲੈਂਦੇ ਸੀ ਜਾਂ ਛੋਟੇ ਪੋਰੇ ਪਾ ਲੈਂਦੇ ਸੀ, ਜਿਹਦੀ ਵਜ੍ਹਾ ਕਰਕੇ ਜਿਹੜੀਆਂ ਡਰੇਨਾਂ ਆ ਉਹ ਚੋਕ ਹੋ ਜਾਂਦੀਆਂ ਸੀ ਅਤੇ ਸੇਮ ਦੀ ਸਮੱਸਿਆ ਜਿਹੜੀ ਆ ਫਿਰ ਦੁਬਾਰਾ ਉਤਪੰਨ ਹੋ ਜਾਂਦੀ ਸੀ। ਉਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਇਹ ਵੱਡੀਆਂ ਪੁਲੀਆਂ ਬਣਾਤੀਆਂ ਨੇ ਤਾਂ ਕਿ ਕਿਸਾਨਾਂ ਨੂੰ ਆਰ ਪਾਰ ਜਾਣ ਦੀ ਕੋਈ ਦਿੱਕਤ ਨਾ ਆਵੇ ਅਤੇ ਇਹ ਜਿਹੜੀਆਂ ਡਰੇਨਾਂ ਚੋਕ ਨਾ ਹੋਣ ਅਤੇ ਜਿਹੜੀ ਸੇਮ ਆ ਇੱਥੇ ਜਿਹੜੀ ਮੇਨ ਸਮੱਸਿਆ ਸੀ ਉਹਦਾ ਮੁੜ ਕੇ ਲੋਕਾਂ ਨੂੰ ਨੁਕਸਾਨ ਨਾ ਹੋਵੇ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ TV।